ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਲੋਕ ਸਭਾ ਚੋਣਾਂ ਦਾ ਨਤੀਜਾ ਜਿਹੜਾ ਕਾਫੀ ਉਲਟ ਹੈ ਜਿਸ ਤਰ੍ਹਾਂ ਸੀਐਮ ਮਾਨ ਦੇ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਅਸੀਂ 13 ਸੀਟਾਂ ਦੇ ਨਾਲ ਜਿਹੜਾ ਪੂਰੇ ਪੰਜਾਬ ਦੇ ਵਿੱਚੋਂ ਕਲੀਨ ਸਵੀਪ ਜਿਹੜਾ ਕਰਾਂਗੇ ਲੇਕਿਨ ਮਾਮਲਾ ਉਲਟ ਹੋਇਆ ਤੇ ਆਮ ਆਦਮੀ ਪਾਰਟੀ ਨੇ ਸਿਰਫ 3 ਸੀਟਾਂ ਜਿਹੜੀਆਂ ਨੇ ਉਹ ਮਿਲੀਆਂ ਨੇ ਤੇ ਉਸ ਤੋਂ ਬਾਅਦ ਜਿਹੜੇ ਤੁਸੀਂ ਦੇਖ ਸਕਦੇ ਹੋ ਸੀਐਮ ਮਾਨ ਦਾ ਜਿਹੜਾ ਦੁੱਖ ਝਲਕ ਰਿਹਾ ਉਹਨਾਂ ਨੇ ਇੱਕ ਟਵੀਟ ਕੀਤਾ ਕਿ ਪੰਜਾਬੀਆਂ ਦਾ ਲੋਕ ਸਭਾ ਲਈ ਫਤਵਾ ਸਿਰ ਮੱਥੇ ਹੈ ਲੋਕ ਲੋਕ ਸੇਵਾ ਤੇ ਵਿਕਾਸ ਲਈ ਕੰਮ ਜਾਰੀ ਰਹਿਣਗੇ ਆਬਾਦ ਰਹੋ ਜ਼ਿੰਦਾਬਾਦ ਰਹੋ ਸੋ ਤੁਸੀਂ ਦੇਖ ਸਕਦੇ ਹੋ ਇਸ ਦੇ نیچے ਕਾਫੀ ਕਮੈਂਟ ਆਏ ਨੇ ਜਿਹੜੇ ਆਵਾਦੀ ਪਾਰਟੀ ਦੇ ਵਰਕਰ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹੁਣ ਆਵਾਦੀ ਪਾਰਟੀ ਸਰਕਾਰ ਕੋਲ ਇੱਕ ਲਾਸਟ ਮੌਕਾ ਹੈ ਜੇ ਅੱਗੇ ਆਪਣੀ ਸਰਕਾਰ ਚਾਹੁੰਦੀ ਹੈ ਤਾਂ ਉਹਨੂੰ ਜਿਹੜਾ ਲਗਾਤਾਰ ਕੰਮ ਕਰਕੇ ਦਿਖਾਉਣਾ ਪਵੇ ਕਿਉਂਕਿ ਕਾਫੀ ਵਰਗ ਨੇ ਜਿਹੜੇ ਉਹ ਆਵਾਦੀ ਪਾਰਟੀ ਜਿਹੜੇ ਨਾਰਾਜ਼ ਚੱਲਦੇ ਜਿਸ ਕਰਕੇ ਜਿਹੜਾ ਇਹ ਨਤੀਜਾ ਦੇਖਣ ਨੂੰ